ਅੱਜ ਅਸੀਂ ਤੁਹਾਡੇ ਰੂਬਰੂ ਇੱਕ ਵੀਡੀਓ ਕਰਨ ਜਾ ਰਹੇ ਜਿਸ ਦੇ ਵਿੱਚ ਇਹ ਵੀਡੀਓ ਵਾਇਰਲ ਹੋਣ ਦੇ ਕਾਰਨ ਬਹੁਤ ਹੀ ਜ਼ਿਆਦਾ ਭਖਦਾ ਹੋਇਆ ਮਾਮਲਾ ਨਜ਼ਰ ਆ ਰਿਹਾ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇੱਕ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਹਿਣ ਤੇ ਬਵਾਲ ਮਚ ਗਿਆ ਤੇ ਬਵਾਲ ਇੰਨਾ ਵੱਡਾ ਹੋ ਗਿਆ ਕਿ ਲੋਕ ਹਾਏ ਹਾਏ ਦੇ ਨਾਰੇ ਲਾਉਣ ਲੱਗ ਗਏ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਭੀੜ ਇਕੱਠੀ ਹੋ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਇਕੱਠੀ ਹੋਈ ਭੀੜ ਹਾਏ ਹਾਏ ਦੇ ਨਾਰੇ ਲਾਉਂਦੀ ਹੈ ਔਰ ਵੀਡੀਓ ਦੇ ਵਿੱਚ ਬੀਜੇਪੀ ਆਗੂਆਂ ਨੂੰ ਬੋਲਿਆ ਜਾ ਰਿਹਾ ਹੈ ਹਾਏ ਹਾਏ ਦੇ ਨਾਰੇ ਲਗਾ ਰਹੇ ਨੇ ਔਰ ਉਹਨਾਂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਰਸਲ ਇਹ ਘਟਨਾ ਵੈਸਟ ਬੰਗਾਲ ਦੀ ਦੱਸੀ ਜਾ ਰਹੀ ਹੈ ਸੰਦੇਸ਼ ਖਾਲੀ ਨਾਮ ਦਾ ਏਰੀਆ ਵੀ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇੱਕ ਪੁਲਿਸ ਅਫਸਰ ਜਿਸ ਦੇ ਸਿਰ ਤੇ ਪਗੜੀ ਸਜੀ ਹੋਈ ਹੈ ਸਿਰਫ ਉਸ ਨੂੰ ਇਹ ਦੇਖ ਕੇ ਖਾਲਿਸਤਾਨੀ ਕਹਿ ਕੇ ਤੰਜ ਕੱਸਿਆ ਜਾਂਦਾ ਹੈ ਬੀਜੇਪੀ ਆਗੂਆਂ ਵੱਲੋਂ ਇਹ ਤੰਜ ਕੱਸਿਆ ਜਾਂਦਾ ਹੈ ਤਾਂ ਜੋ ਉਸ ਤੋਂ ਬਾਅਦ ਮਾਹੌਲ ਭਖਦਾ ਹੋਇਆ ਨਜ਼ਰ ਆਉਂਦਾ ਹੈ ਤੇ ਇਹ ਜਿਹੜੀ ਨਾਰੇਬਾਜ਼ੀ ਹੈ ਉਹ ਤੇਜ਼ ਹੋ ਜਾਂਦੀ ਹੈ ਔਰ ਬੀਜੇਪੀ ਨੂੰ ਐਂਟੀ ਸਿੱਖ ਪਾਰਟੀ ਕਿਹਾ ਜਾਂਦਾ ਹੈ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਕਿ ਔਨ ਡਿਊਟੀ ਪੁਲਿਸ ਅਫਸਰ ਜੋ ਕਿ ਆਈਪੀਐਸ ਅਫਸਰ ਹੈ ਜਿਸਦਾ ਨਾਮ ਜਸਪ੍ਰੀਤ ਸਿੰਘ ਹੈ ਉਸਦੇ ਉੱਪਰ ਤੰਜ ਕੱਸਿਆ ਜਾਂਦਾ ਕਿ ਉਹ ਖਾਲਿਸਤਾਨੀ ਹੈ ਇਸਦੇ ਉੱਪਰ ਵੱਡਾ ਬਵਾਲ ਖੜਾ ਹੋ ਗਿਆ ਹੈ ਤੇ ਲੋਕ ਕਿਸ ਤਰ੍ਹਾਂ ਇਸ ਬੀਜੇਪੀ ਆਗੂਆਂ ਦੇ ਖਿਲਾਫ ਨਾਰੇ ਲਾ ਰਹੇ ਨੇ ਤੁਸੀਂ ਵੀ ਦੇਖੋ ਇਹ ਵੀਡੀਓ ਮੰਗੋ ਸਿੱਖ ਵਿਰੋਧੀ ਬੀਜੇਪੀ ਹਾਏ ਹਾਏ